ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਭਰਤ ਭੂਸ਼ਣ ਆਸ਼ੂ ਹੋਰਾਂ ਨੂੰ ਜਿਹੜਾ ਕਿ ਈਡੀ ਕੋਰਟ ਤੋਂ ਬਾਹਰ ਲੈ ਕੇ ਆ ਰਹੀ ਹੈ। ਆਸ਼ੂ ਜੀ ਕੁਝ ਕਹਿਣਾ ਚਾਹੋਗੇ? ਆਸ਼ੂ ਜੀ ਕੁਝ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਕਾਰਵਾਈ ਹੈ? ਆਸ਼ੂ ਜੀ ਕੁਝ ਕਹਿਣਾ ਚਾਹੋਗੇ? ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਸੈਸ਼ਨ ਕੋਰਟ ਦੇ ਵਿੱਚ ਜਿਹੜਾ ਕਿ ਉਹ ਲੈ ਕੇ ਜਿਹੜਾ ਕਿ ਉਹ ਜਾਇਆ ਜਾ ਰਿਹਾ ਵੈ ਭਰਤ ਭੂਸ਼ਣ ਆਸ਼ੂ ਹੋਰਾਂ ਨੂੰ। ਇੱਥੇ ਈਡੀ ਦੇ ਹੋਰ ਅਧਿਕਾਰੀ ਜਿਹੜੇ ਨੇ ਕਿ ਇਸ ਵਕਤ ਇੱਥੇ ਮੌਜੂਦ ਨੇ। ਜਿਸ ਤਰੀਕੇ ਦੇ ਨਾਲ ਇੱਥੇ ਇਸ ਵਕਤ ਤਸਵੀਰ ਬਣੀ ਹੋਈ ਹੈ ਜਲੰਧਰ ਦੇ ਕੋਰਟ ਦੇ ਬਾਹਰ ਖੜੇ ਹੋਏ ਆ। ਕਿੰਨੇ ਦਿਨ ਦਾ ਸਰ ਰਿਮਾਂਡ ਮਿਲਿਆ ਹੈਗਾ? 5 ਦਿਨ ਦਾ ਰਿਮਾਂਡ ਮਿਲਿਆ। ਠੀਕ ਹੈ, ਕਿੰਨੇ ਦਿਨਾਂ ਦਾ ਮੰਗਿਆ ਗਿਆ ਸੀ? ਕਿੰਨੇ ਦਿਨ ਦਾ ਮੰਗਿਆ ਗਿਆ ਸੀ? ਕਿੰਨੇ ਦਿਨ ਦਾ? 7 ਦਿਨ ਮੰਗਿਆ ਸੀ, 5 ਦਿਨ ਮਿਲੇ। ਬੜਾ ਲੰਬੇ ਸਮੇਂ ਦੀ ਬਹਿਸ ਹੁੰਦੀ ਹੈ ਜਦੋਂ ਵੀ ਹੋਗੀ ਜੱਟਾ ਦੁਰ ਨਹੀਂ, ਅਸੀਂ ਉਹਦਾ ਪ੍ਰੈਸ ਰਿਲੀਜ਼ ਦੇ ਦਾਂਗੇ। ਸਰ ਇੱਕ ਚੀਜ਼ ਕਲੀਅਰ ਕਰੋ, ਪ੍ਰੈਸ ਰਿਲੀਜ਼ ਦੇ ਦਾਂਗੇ, ਪ੍ਰੈਸ ਰਿਲੀਜ਼ ਦੇ ਥਰੂ ਹੀ ਜਾਣਕਾਰੀ ਦਿੱਤੀ ਜਾਏਗੀ। ਠੀਕ ਹੈ, 5 ਦਿਨ ਦਾ ਜਿਹੜਾ ਹੈ ਕਿ ਉਹ ਰਿਮਾਂਡ ਇੱਥੇ ਮਿਲਿਆ ਹੋਇਆ ਕੋਟਲੀ ਸਾਹਿਬ, 5 ਦਿਨ ਦਾ ਰਿਮਾਂਡ। ਪ੍ਰਗਟ ਜੀ, ਜਿਸ ਤਰੀਕੇ ਦੇ ਨਾਲ ਬਹਿਸ ਹੋਈ ਆ ਅੰਦਰ ਵੀ ਰਹੋ, ਕੀ ਦਲੀਲਾਂ ਕੀ ਦਿੱਤੀਆਂ ਗਈਆਂ? ਦੇਖੋ, ਦਲੀਲਾਂ ਜਿਹੜੀਆਂ ਉਹਦੇ ਨਾਲ ਸੈਟਿਸਫਾਈ ਨਹੀਂ ਹੈ। ਇਟ ਇਜ਼ ਏ ਪਿਓਰਲੀ ਪੋਲੀਟੀਕਲ ਵੈਂਡੇਟਾ ਬਾਏ ਭਗਵੰਤ ਮਾਨ ਐਂਡ ਬੀਜੇਪੀ ਦੀ ਸਰਕਾਰ। ਠੀਕ ਹੈ, ਕਿਉਂਕਿ ਕਾਂਗਰਸ ਦੇ ਅਗੇਂਸਟ ਇਹ ਲੋਕ ਇਹੋ ਜਿਹਾ ਵੈਂਡੇਟਾ ਕਰ ਰਹੇ ਆ। ਤੁਹਾਨੂੰ ਯਾਦ ਹੋਣਾ, 2000 ਕਰੋੜ ਰੁਪਈਏ ਦਾ ਇਹਨਾਂ ਨੇ ਐਲੀਗੇਸ਼ਨ ਲਾਇਆ ਸੀ, ਅਤੇ ਮੇਨ ਜਿਹੜਾ ਕੇਸ ਰਜਿਸਟਰ ਹੋਇਆ ਉਹਦੇ ਵਿੱਚ 2 ਲੱਖ ਦਾ ਚਲਾਨ ਪੇਸ਼ ਕੀਤਾ, ਉਹ ਵੀ ਕਿਸੇ ਥਰਡ ਜਿਹੜਾ ਬੰਦਾ ਆ ਉਹਦੇ ਅਗੇਂਸਟ। ਤੇ ਤੁਸੀਂ ਇਹਦੇ ਤੋਂ ਹਿਸਾਬ ਲਾ ਸਕਦੇ ਵੀ ਇਹਦੀ ਡੈਪਥ ਕੀ ਹੈਗੀ ਆ। ਪਿਓਰਲੀ ਪੋਲੀਟੀਕਲ ਤੌਰ 'ਤੇ ਇਹ ਡੈਮੇਜ ਕਰਨਾ ਚਾਹੁੰਦੇ ਆ ਕਾਂਗਰਸ ਨੂੰ। ਇਹਦੇ ਤੋਂ ਇਲਾਵਾ ਇਹਨਾਂ ਦਾ ਕੋਈ ਜਿਹੜਾ ਮੋਟਿਵ ਨਹੀਂ। ਕਾਂਗਰਸ ਦੀ ਗੱਲ ਤੁਸੀਂ ਕੀਤੀ ਹੈ, ਨਾ ਪ੍ਰਤਾਪ ਬਾਜਵਾ ਦਿਸੇ, ਨਾ ਰਾਣਾ ਗੁਰਜੀਤ ਦਿਸੇ, ਨਾ ਲਾਡੀ ਸ਼ੇਰੋਵਾਲੀ ਆ, ਕਾਂਗਰਸ ਕਿੱਥੇ ਹੈ? ਕਾਂਗਰਸ ਦਿਸਦੀ ਕਿਉਂ ਨਹੀਂ ਪਈ? ਇੱਕ ਜੁੜਤਾ ਕਾਂਗਰਸ ਨਹੀਂ, ਤੁਸੀਂ ਤਾਂ ਹੈਗੇ ਹੋ ਫਿਰ ਵੀ, ਪਰ ਜਿਸ ਤਰੀਕੇ ਦੇ ਨਾਲ ਉਹ ਅਲਟੀਮੇਟਲੀ ਉਧਰ ਸੈਸ਼ਨ ਚੱਲ ਰਿਹਾ ਹੈ। ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਭਰਤ ਭੂਸ਼ਣ ਆਸ਼ੂ ਹੋਰਾਂ ਨੂੰ ਜਿਹੜਾ ਕਿ ਈਡੀ ਕੋਰਟ ਤੋਂ ਬਾਹਰ ਲੈ ਕੇ ਆ ਰਹੀ ਹੈ। ਆਸ਼ੂ ਜੀ ਕੁਝ ਕਹਿਣਾ ਚਾਹੋਗੇ? ਆਸ਼ੂ ਜੀ ਕੁਝ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਕਾਰਵਾਈ ਹੈ? ਆਸ਼ੂ ਜੀ ਕੁਝ ਕਹਿਣਾ ਚਾਹੋਗੇ? ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਸੈਸ਼ਨ ਕੋਰਟ ਦੇ ਵਿੱਚ ਜਿਹੜਾ ਕਿ ਉਹ ਲੈ ਕੇ ਜਿਹੜਾ ਕਿ ਉਹ ਜਾਇਆ ਜਾ ਰਿਹਾ ਵੈ ਭਰਤ ਭੂਸ਼ਣ ਆਸ਼ੂ ਹੋਰਾਂ ਨੂੰ। ਇੱਥੇ ਈਡੀ ਦੇ ਹੋਰ ਅਧਿਕਾਰੀ ਜਿਹੜੇ ਨੇ ਕਿ ਇਸ ਵਕਤ ਇੱਥੇ ਮੌਜੂਦ ਨੇ। ਜਿਸ ਤਰੀਕੇ ਦੇ ਨਾਲ ਇੱਥੇ ਇਸ ਵਕਤ ਤਸਵੀਰ ਬਣੀ ਹੋਈ ਹੈ ਜਲੰਧਰ ਦੇ ਕੋਰਟ ਦੇ ਬਾਹਰ ਖੜੇ ਹੋਏ ਆ, ਕਿੰਨੇ ਦਿਨ ਦਾ ਸਰ ਰਿਮਾਂਡ ਮਿਲਿਆ ਹੈਗਾ? 5 ਦਿਨ ਦਾ ਰਿਮਾਂਡ ਮਿਲਿਆ। ਠੀਕ ਹੈ, ਕਿੰਨੇ ਦਿਨਾਂ ਦਾ ਮੰਗਿਆ ਗਿਆ ਸੀ? ਕਿੰਨੇ ਦਿਨ ਦਾ ਮੰਗਿਆ ਗਿਆ ਸੀ? ਕਿੰਨੇ ਦਿਨ ਦਾ? 7 ਦਿਨ ਮੰਗਿਆ ਸੀ, 5 ਦਿਨ ਮਿਲੇ। ਬੜਾ ਲੰਬੇ ਸਮੇਂ ਦੀ ਬਹਿਸ ਹੁੰਦੀ ਹੈ ਜਦੋਂ ਵੀ ਹੋਗੀ ਜੱਟਾ ਦੁਰ ਨਹੀਂ, ਅਸੀਂ ਉਹਦਾ ਪ੍ਰੈਸ ਰਿਲੀਜ਼ ਦੇ ਦਾਂਗੇ। ਸਰ ਇੱਕ ਚੀਜ਼ ਕਲੀਅਰ ਕਰੋ, ਪ੍ਰੈਸ ਰਿਲੀਜ਼ ਦੇ ਦਾਂਗੇ, ਪ੍ਰੈਸ ਰਿਲੀਜ਼ ਦੇ ਥਰੂ ਹੀ ਜਾਣਕਾਰੀ ਦਿੱਤੀ ਜਾਏਗੀ। ਠੀਕ ਹੈ, 5 ਦਿਨ ਦਾ ਜਿਹੜਾ ਹੈ ਕਿ ਉਹ ਰਿਮਾਂਡ ਇੱਥੇ ਮਿਲਿਆ ਹੋਇਆ ਕੋਟਲੀ ਸਾਹਿਬ, 5 ਦਿਨ ਦਾ ਰਿਮਾਂਡ। ਪ੍ਰਗਟ ਜੀ, ਜਿਸ ਤਰੀਕੇ ਦੇ ਨਾਲ ਬਹਿਸ ਹੋਈ ਆ ਅੰਦਰ ਵੀ ਰਹੋ, ਕੀ ਦਲੀਲਾਂ ਕੀ ਦਿੱਤੀਆਂ ਗਈਆਂ? ਦੇਖੋ, ਦਲੀਲਾਂ ਜਿਹੜੀਆਂ ਉਹਦੇ ਨਾਲ ਸੈਟਿਸਫਾਈ ਨਹੀਂ ਹੈ। ਇਟ ਇਜ਼ ਏ ਪਿਓਰਲੀ ਪੋਲੀਟੀਕਲ ਵੈਂਡੇਟਾ ਬਾਏ ਭਗਵੰਤ ਮਾਨ ਐਂਡ ਬੀਜੇਪੀ ਦੀ ਸਰਕਾਰ। ਠੀਕ ਹੈ, ਕਿਉਂਕਿ ਕਾਂਗਰਸ ਦੇ ਅਗੇਂਸਟ ਇਹ ਲੋਕ ਇਹੋ ਜਿਹਾ ਵੈਂਡੇਟਾ ਕਰ ਰਹੇ ਆ। ਤੁਹਾਨੂੰ ਯਾਦ ਹੋਣਾ, 2000 ਕਰੋੜ ਰੁਪਈਏ ਦਾ ਇਹਨਾਂ ਨੇ ਐਲੀਗੇਸ਼ਨ ਲਾਇਆ ਸੀ, ਅਤੇ ਮੇਨ ਜਿਹੜਾ ਕੇਸ ਰਜਿਸਟਰ ਹੋਇਆ ਉਹਦੇ ਵਿੱਚ 2 ਲੱਖ ਦਾ ਚਲਾਨ ਪੇਸ਼ ਕੀਤਾ, ਉਹ ਵੀ ਕਿਸੇ ਥਰਡ ਜਿਹੜਾ ਬੰਦਾ ਆ ਉਹਦੇ ਅਗੇਂਸਟ। ਤੇ ਤੁਸੀਂ ਇਹਦੇ ਤੋਂ ਹਿਸਾਬ ਲਾ ਸਕਦੇ ਵੀ ਇਹਦੀ ਡੈਪਥ ਕੀ ਹੈਗੀ ਆ। ਪਿਓਰਲੀ ਪੋਲੀਟੀਕਲ ਤੌਰ 'ਤੇ ਇਹ ਡੈਮੇਜ ਕਰਨਾ ਚਾਹੁੰਦੇ ਆ ਕਾਂਗਰਸ ਨੂੰ। ਇਹਦੇ ਤੋਂ ਇਲਾਵਾ ਇਹਨਾਂ ਦਾ ਕੋਈ ਜਿਹੜਾ ਮੋਟਿਵ ਨਹੀਂ। ਕਾਂਗਰਸ ਦੀ ਗੱਲ ਤੁਸੀਂ ਕੀਤੀ ਹੈ, ਨਾ ਪ੍ਰਤਾਪ ਬਾਜਵਾ ਦਿਸੇ, ਨਾ ਰਾਣਾ ਗੁਰਜੀਤ ਦਿਸੇ, ਨਾ ਲਾਡੀ ਸ਼ੇਰੋਵਾਲੀ ਆ, ਕਾਂਗਰਸ ਕਿੱਥੇ ਹੈ? ਕਾਂਗਰਸ ਦਿਸਦੀ ਕਿਉਂ ਨਹੀਂ ਪਈ? ਇੱਕ ਜੁੜਤਾ ਕਾਂਗਰਸ ਨਹੀਂ, ਤੁਸੀਂ ਤਾਂ ਹੈਗੇ ਹੋ ਫਿਰ ਵੀ, ਪਰ ਜਿਸ ਤਰੀਕੇ ਦੇ ਨਾਲ ਉਹ ਅਲਟੀਮੇਟਲੀ ਉਧਰ ਸੈਸ਼ਨ ਚੱਲ ਰਿਹਾ।